ਦੀ ਆਈ ਸਰਕਾਰ, ਛੜਿਆਂ ਨੂੰ ਕਫਾ ਕਰੋ। ਸਿਕੰਦਰ ਭਾਜੀ ਆ ਇੱਕ ਕਮੀਜ਼ ਹੀ ਧੋ ਦੋ। ਮੈਂ ਅਸਤੀਫਾ ਦੇ ਦਿੱਤਾ ਘਰ ਦੇ ਕੰਮਾਂ ਤੋਂ ਸਵੇਰ ਦਾ। ਮਨਤਾਰ ਭਾਜੀ ਉਹ ਗੱਲ ਸੁਣ, ਮਨਤਾਰ ਤੇ ਏਕਮ ਰੋਟੀ ਪਕਾ ਰਹੇ ਨੇ, ਹਜੇ ਤੱਕ ਰੋਟੀ ਨਹੀਂ ਬਣੀ। ਉਹ ਮੈਂ ਸਵੇਰ ਦਾ ਕੁਛ ਨਹੀਂ ਖਾਧਾ, ਇੰਨੀ ਭੁੱਖ ਲੱਗੀ ਪਈ ਹੈ। ਉਹ ਜੇ ਤੈਨੂੰ ਇੰਨੀ ਕਾਲੀ ਹੈ ਤੂੰ ਆਪ ਪਕਾ ਲੈ ਰੋਟੀ। ਉਹ ਬਾਪੂ ਜੀ ਹਾਂ ਮੈਂ ਕਮੀਜ਼ ਦਾ ਸਿਆਪਾ ਕਰਾਂ ਜਾਂ ਫਿਰ ਰੋਟੀ ਪਕਾਵਾਂ। ਉਹ ਜੇ ਕੱਪੜੇ ਧੋਣੇ ਲੱਗੇ ਹੈ, ਮੇਰਾ ਚਿੱਟਾ ਕਮੀਜ਼ ਤੇ ਚਾਦਰਾ ਵੀ ਧੋ ਦੇ, ਮੈਂ ਪਰਸੋਂ ਮੋਹਾਲੀ ਜਾਣਾ ਹੈ। ਉਹ ਜਿਹੜੇ ਬਾਊ ਜੀ ਨੇ ਉਹਨਾਂ ਦੇ ਘਰ ਦੀ ਚੱਠ ਹੈ। ਓਹੋ ਕੱਪੜੇ ਧੋਣ ਲੱਗੇ ਹੋ ਪ੍ਰੋਫੈਸਰ ਸਾਹਿਬ, ਆਹ ਮੇਰੇ ਵੀ ਧੋ ਦਿਓ। ਜਾਣਾ ਤਾਂ ਮੈਂ ਕਿਤੇ ਹੈ ਨਹੀਂ, ਪਰ ਕੱਪੜਾ ਪਾਉਣ ਜੋਗਾ ਕੋਈ ਨਹੀਂ ਹੈ, ਮੈਂ ਤਾਂ ਆਪ ਚਾਦਰਾ ਲੈ ਕੇ ਬੈਠਾ ਹੋਇਆ। ਓਏ ਮੈਂ ਕੋਈ ਧੋਬੀ ਹਾਂ? ਵਨ ਕਲਾਸ ਗਜ਼ਟਿਡ ਆਫਿਸਰ ਹੁੰਦਾ ਪ੍ਰੋਫੈਸਰ, ਉਹ ਪਿੰਡ ਦੇ ਸਾਰੇ ਜਵਾਕ ਮੈਨੂੰ ਸਰ ਜੀ ਕਹਿੰਦੇ ਨੇ, ਤੇ ਤੁਸੀਂ ਤੁਸੀਂ ਮੈਨੂੰ ਧੋਬੀ ਬਣਾਇਆ? ਓਏ ਆ ਕੱਪੜੇ ਧੋਣ ਲਾ ਰੱਖਿਆ ਮੈਨੂੰ ਤੁਸੀਂ? ਹੋਣਾ ਕੀ ਹੈ, ਆਪਣੇ ਪ੍ਰੋਫੈਸਰ ਸਾਹਿਬ ਉਹ ਮੁਹਾਵਰਾ ਭੁੱਲ ਗਏ। ਉਹ ਹੈ ਨਾ ਕਿ ਜੇ ਰਾਣੀ ਆਪਣਾ ਕੰਮ ਆਪ ਕਰ ਲੇਗੀ ਤਾਂ ਕਿ ਉਹ ਗੋਲੀ ਬਣ ਜਾਏਗੀ। ਆਹੀ ਬਾਪੂ ਜੀ ਆਹੀ ਗੱਲ ਨਾ, ਤੁਸੀਂ ਪਤਾ ਨੀ ਮੈਨੂੰ ਕਿੰਨੇ ਕੁ ਵਾਰ ਕਹਿ ਕੇ ਕਿੰਨੇ ਕੁ ਕੰਮ ਕਰਵਾਏ ਨੇ। ਆਹ ਬੰਨੇ ਤੁਹਾਡੇ ਅੱਗੇ ਹੱਥ, ਜਿੱਥੋਂ ਧੋਏ ਜਾਂਦੇ ਨੇ ਕੱਪੜੇ ਧੋ, ਮੈਂ ਚੱਲਿਆ ਰੋਟੀ ਖਾਣ। ਦਾਲ ਬਣਨ ਨੂੰ ਹਲੇ 10 ਮਿੰਟ ਹੋਰ ਲੱਗਣੇ ਆ, ਜਦੋਂ ਬਣੇਗੀ ਉਦੋਂ ਖਾ ਲਿਓ। 10 ਮਿੰਟ ਓ ਯਾਰ ਮੇਰੀ ਤਾਂ ਪਹਿਲੀ ਪੀਤੀ ਲੱਜ ਜਾਣੀ ਆ, ਸੈੱਟ ਕਰਨ ਲਈ ਮੈਨੂੰ 2 ਪੈਗ ਹੋਰ ਲਾਣੇ ਪੈਣੇ ਬਾਅਦ ਚੋ। ਤੂੰ ਆਪਣੇ ਪੈਗ ਗਿਣੀ ਜਾ, ਔਰ ਰਸੋਈ ਦੇ ਵਿੱਚ ਜਿਹੜੇ ਭਾਂਡੇ ਪਏ ਆ ਮਾਂਜਣ ਨੂੰ ਉਹ ਕਿਹਨੇ ਮਾਂਜਣੇ ਆ? 10 ਤੇ 20 ਮਿੰਟ ਵੀ ਲੱਗ ਸਕਦੇ ਨੇ। ਓਏ ਅੱਜ ਤੁਸੀਂ ਕਿਸੇ ਨੇ ਭਾਂਡੇ ਨਹੀਂ ਮਾਂਜੇ? ਮੇਰਾ ਅਸਤੀਫਾ ਸਵੇਰ ਦਾ। ਮੇਰਾ ਵੀ ਅਸਤੀਫਾ ਹੀ ਸਮਝੋ ਫਿਰ। ਮੇਰਾ ਵੀ ਬਾਪੂ ਜੀ ਮੇਰੀਆਂ ਕਿਹੜੀਆਂ 10 ਬਾਹਾਂ ਨੇ, ਉਹ ਸਵੇਰ ਦਾ ਹੀ ਉੱਠ ਕੇ ਲੱਗਦਾ, ਉਹ ਸ਼ਾਮ ਤੱਕ ਮੇਰੇ ਤਾਂ ਕੰਮ ਹੀ ਨਹੀਂ ਮੁੱਕਦੇ ਹੈਗੇ ਘਰ ਦੇ। ਕਿਹੜੇ ਕੰਮ? ਸਵੇਰ ਦਾ ਕਿਹੜਾ ਕੰਮ ਕੀਤਾ ਤੁਸੀਂ? ਕੰਮ ਤਾਂ ਸਾਰੇ ਪਏ ਆ ਕਰਨ ਵਾਲੇ। ਤੁਸੀਂ ਬਾਈ ਵਿੱਚੇ ਹੋ, ਜਦੋਂ ਮੈਂ ਕਾਲਜ ਜਾਂਦਾ ਨਾ ਸਵੇਰ ਦੇ ਉੱਥੇ ਦੇ ਉੱਥੇ ਬੈਠੇ ਹੁੰਦੇ। ਭਾਜੀ ਮੈਂ ਨੀ ਅਸੀਂ ਨੀ, ਸਵੇਰੇ ਉੱਠ ਕੇ ਆਪਾਂ ਕਾਲਜ ਵੀ ਜਾਈਏ ਤੇ ਕਾਲਜ ਤੋਂ ਆ ਕੇ ਘਰ ਦੇ ਕੰਮਾਂ ਨਾਲ ਮੱਥਾ ਵੀ ਮਾਰੀਏ, ਮੇਰੇ ਤੋਂ ਨਹੀਂ ਹੁੰਦਾ ਸਭ ਕੁਛ, ਕਰ ਲਓ ਖੁਦ ਹੀ। ਕੁੜੀਆਂ ਦੀ ਆਈ ਸਰਕਾਰ, ਛੜਿਆਂ ਨੂੰ ਕਫਾ ਕਰੋ।